ਹੈਲੋ एवरीवन ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਦੀ ਕਲਾਸ ਅੱਜ ਆਪਾਂ ਕਰਨ ਜਾ ਰਹੇ ਹਾਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ 6ਵੀਂ ਕਲਾਸ ਦੀ ਕਿਤਾਬ ਪੰਜਾਬੀ ਪੁਸਤਕ ਪਹਿਲੀ ਭਾਸ਼ਾ ਤੇ ਉਹਦਾ ਦੂਜਾ ਪਾਠ ਆਪਣੇ ਆਪਣੇ ਥਾਂ ਸਾਰੇ ਚੰਗੇ ਇਸ ਪਾਠ ਦੇ ਅੱਜ ਆਪਾਂ ਡਿਸਕਸ ਕਰਾਂਗੇ ਪਾਠ ਅਭਿਆਸ ਬੈਕ ਐਕਸਰਸਾਈਜ਼ ਕੁਐਸਚਨ ਆਨਸਰਸ ਤਾਂ ਚਲੋ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਦੱਸੋ ਪਹਿਲਾ ਰਸੋਈ ਦੀ ਅਲਮਾਰੀ ਦੇ ਲਿਫਾਫਿਆਂ ਵਿੱਚ ਕਿਹੜੀਆਂ-ਕਿਹੜੀਆਂ ਚੀਜ਼ਾਂ ਪਈਆਂ ਸਨ ਰਸੋਈ ਦੀ ਅਲਮਾਰੀ ਦੇ ਲਿਫਾਫਿਆਂ ਵਿੱਚ ਇਲਾਇਚੀ ਸੌਂਫ ਜਵੈਨ ਅਮਚੂਰ ਤੇ ਅਨਾਰ ਦਾਣਾ ਪਏ ਸਨ ਦੂਜਾ ਇਲਾਇਚੀ ਨੂੰ ਕਿਸ ਗੱਲ ਦਾ ਕਮੰਡ ਸੀ ਉੱਤਰ ਇਲਾਇਤ ਨੂੰ ਆਪਣੀ ਸੁੰਦਰਤਾ, ਗੁਣਾ, ਮਹਿੰਗੀ ਕੀਮਤ ਅਤੇ ਵਕ-ਵਕ ਮਠਾਈਆਂ ਤੇ ਸ਼ਰਾਬ ਵਿੱਚ ਵਰਤੇ ਜਾਣ ਦਾ ਕਮੰਡ ਸੀ। ਅਗਲਾ ਸੌਫਟ ਜਵੈਨ ਵਿੱਚ ਕਿਹੜੇ-ਕਿਹੜੇ ਗੁਣ ਹੁੰਦੇ ਹਨ? ਉੱਤਰ ਸੌਫਟ ਜਵੈਨ ਦੀ ਵਰਤੋਂ ਹਕੀਮ ਤੇ ਵੈਦ ਕਰਦੇ ਹਨ ਇਹ ਟਿੱਡ-ਪੀੜ ਹਟਾਉਣ ਲਈ ਖਾਧੀਆਂ ਜਾਂਦੀਆਂ ਹਨ। ਸੌਫ ਦਾ ਮਿੱਠੀ ਤੇ ਖੁਸ਼ਬੂਦਾਰ ਵੀ ਹੁੰਦੀ ਹੈ ਸੱਸਾ ਅਮਚੂਰ ਕਿਸ ਕੰਮ ਆਉਂਦਾ ਹੈ ਉੱਤਰ ਅਮਚੂਰ ਖੱਟਾ ਹੋਣ ਕਰਕੇ ਬਹੁਤ ਸਾਰੀਆਂ ਖਾਣੀਆਂ ਨੂੰ ਸਵਾਦੀ ਬਣਾਉਣ ਲਈ ਵਰਤਿਆ ਜਾਂਦਾ ਹੈ ਅਗਲਾ ਅਨਾਰ ਦਾਣਾ ਕਿਹੜੇ ਪ੍ਰਦੇਸ਼ ਤੋਂ ਆਇਆ ਸੀ ਅਤੇ ਇਸ ਦੀ ਵਰਤੋਂ ਕਿਸ ਚੀਜ਼ ਵਿੱਚ ਹੁੰਦੀ ਹੈ ਅਨਾਰ ਦਾਣਾ ਕਸ਼ਮੀਰ ਤੋਂ ਆਇਆ ਸੀ ਇਸ ਦੀ ਵਰਤੋਂ ਪੁਦੀਨੇ ਦੀ ਚਟਨੀ ਨੂੰ ਸਵਾਦੀ ਬਣਾਉਣ ਲਈ ਕੀਤੀ ਜਾਂਦੀ ਹੈ ਅਗਲਾ ਪੁਦੀਨੇ ਦਾ ਇਲਾਇਚੀ ਤੇ ਦੂਜੀਆਂ ਚੀਜ਼ਾਂ ਬਾਰੇ ਕੀ ਵਿਚਾਰ ਸੀ ਪੁਦੀਨੇ ਦਾ ਵਿਚਾਰ ਸੀ ਕਿ ਇਲਾਇਚੀ ਨੂੰ ਮਹਿੰਗੀ ਹੋਣ ਕਰਕੇ ਆਪਣੇ ਉੱਤੇ ਬਹੁਤਾ ਮਾਣ ਨਹੀਂ ਕਰਨਾ ਚਾਹੀਦਾ ਤੇ ਦੂਜਿਆਂ ਨੂੰ ਨਫ਼ਰਤ ਨਹੀਂ ਕਰਨੀ ਚਾਹੀਦੀ ਕਿਉਂਕਿ ਸਾਰੀਆਂ ਚੀਜ਼ਾਂ ਵਿੱਚ ਆਪਣੇ ਆਪਣੇ ਗੁਣ ਹੁੰਦੇ ਹਨ ਅਗਲਾ ਪੁਦੀਨੇ ਨੇ ਕੀ ਗੱਲ ਕੀਤੀ ਸੀ ਅਤੇ ਪੁਦੀਨੇ ਦੀ ਗੱਲ ਸੁਣ ਕੇ ਸਾਰਿਆਂ ਨੇ ਕੀ ਵਚਨ ਦਿੱਤਾ ਪੁਦੀਨੇ ਨੇ ਕਿਹਾ ਕਿ ਉਹਨਾਂ ਨੂੰ ਕਿਸੇ ਚੀਜ਼ ਨੂੰ ਨਫ਼ਰਤ ਨਹੀਂ ਕਰਨੀ ਚਾਹੀਦੀ ਕਿਉਂਕਿ ਹਰ ਇੱਕ ਵਿੱਚ ਆਪਣੇ ਆਪਣੇ ਗੁਣ ਹੁੰਦੇ ਹਨ ਤੇ ਉਹ ਕਿਸੇ ਨਾ ਕਿਸੇ ਕੰਮ ਆਉਂਦੀ ਹੈ ਇਸ ਕਰਕੇ ਉਹਨਾਂ ਸਭ ਨੂੰ ਮਿਲ ਕੇ ਰਹਿਣਾ ਚਾਹੀਦਾ ਹੈ ਪੁਦੀਨੇ ਦੀ ਇਹ ਗੱਲ ਸੁਣ ਕੇ ਸਾਰੇ ਨੇ ਵਚਨ ਕੀਤਾ ਕਿ ਉਹ ਸਾਰੇ ਇਕੱਠੇ ਰਹਿਣਗੇ ਤੇ ਇੱਕ ਦੂਜੇ ਦੇ ਅਸਲ ਸਾਥੀ ਬਣਨਗੇ। ਅੱਗੇ ਇੱਥੇ ਸ਼ਬਦ ਦਿੱਤੇ ਹੋਏ ਨੇ ਤੇ ਸਾਨੂੰ ਵਾਕ ਬਣਾਉਣ ਲਈ ਕਿਹਾ ਜਿਵੇਂ ਸਭ ਤੋਂ ਪਹਿਲਾ ਹੈਗਾ ਰਸੋਈ, ਖਾਣਾ ਆਦੀ ਪਕਾਉਣ ਦਾ ਕਮਰਾ। ਮਾਤਾ ਜੀ ਰਸੋਈ ਵਿੱਚ ਚਾਹ ਬਣਾ ਰਹੇ ਹਨ। ਦੂਜਾ ਅਲਮਾਰੀ, ਕੱਪੜੇ ਜਾਂ ਫਾਈਲਾਂ ਆਦੀ ਰੱਖਣ ਦੇ ਖਾਨੇ ਜਿੰਨਾ ਅੱਗੇ ਦਰਵਾਜ਼ਾ ਲੱਗਾ ਹੁੰਦਾ ਹੈ। ਮੈਂ ਸਾਰੀਆਂ ਫਾਈਲਾਂ ਅਲਮਾਰੀ ਵਿੱਚ ਰੱਖ ਦਿੱਤੀਆਂ ਮਠਿਆਈ ਮਿੱਠੇ ਵਾਲਾ ਪਕਵਾਨ ਜੋ ਆਮ ਕਰਕੇ ਹਲਵਾਈ ਤਿਆਰ ਕਰਦਾ ਹੈ ਇਹਦਾ ਵਾਕ ਹੋ ਗਿਆ ਮੈਂ ਹਲਵਾਈ ਦੀ ਦੁਕਾਨ ਤੋਂ ਮਠਿਆਈ ਖਰੀਦੀ ਅਗਲਾ ਸ਼ਰਬਤ ਖੰਡ ਜਾਂ ਸ਼ੱਕਰ ਮਿਲਾ ਕੇ ਤਿਆਰ ਕੀਤਾ ਪੀਣ ਯੋਗ ਪਾਣੀ ਅਸੀਂ ਪਾਉਣੀਆਂ ਨੂੰ ਖੰਡ ਦਾ ਸ਼ਰਬਤ ਬਣਾ ਕੇ ਪਿਲਾਇਆ ਜਾਂ ਤੁਸੀਂ ਲਿਖ ਸਕਦੇ ਹੋ ਅਸੀਂ ਲੋਕਾਂ ਨੂੰ ਅਗਲਾ ਹੈਗਾ ਅਸਮਾਨ ਜੀ ਦਾ ਮਤਲਬ ਹੁੰਦਾ ਹੈ ਆਕਾਸ਼ ਅਸਮਾਨ ਵਿੱਚ ਤਾਰੇ ਚਮਕ ਰਹੇ ਹਨ ਤੀਜਾ ਔਖੇ ਸ਼ਬਦਾਂ ਦੇ ਅਰਥ ਪਹਿਲਾ ਬੇਲੀ ਜੀ ਦਾ ਅਰਥ ਹੈਗਾ ਮਿੱਤਰ ਜਾਂ ਦੋਸਤ ਉੱਤਮ ਵਧੀਆ ਚੰਗਾ ਜਾਂ ਸੇਸ਼ਟ ਵਚਨ ਵਾਇਦਾ ਇਕਰਾਰ ਕੋਲ ਜਾਂ ਪ੍ਰਣ ਇਤਬਾਰ ਦਾ ਮਤਲਬ ਯਕੀਨ ਪਰੋਸਾ ਵਿਸ਼ਵਾਸ ਇਨਸਾਫ ਦਾ ਮਤਲਬ ਨਿਆਂ ਸੱਚ ਝੂਠ ਦਾ ਨਿਤਾਰਾ ਵੈਦ ਜਾਂ ਹਕੀਮ ਇਹਦਾ ਮਤਲਬ ਹੁੰਦਾ ਹੈ ਆਯੁਰਵੈਦਿਕ ਦਵਾਈਆਂ ਦੁਆਰਾ ਬਿਮਾਰੀ ਦਾ ਇਲਾਜ ਕਰਨ ਵਾਲਾ ਆਦਮੀ ਪੁਦੀਨਾ ਪੁਦੀਨਾ ਇਨੂੰ ਆਪਾਂ ਇਦਾਂ ਵੀ ਲਿਖਦੇ ਆਂ ਤੇ ਇਦਾਂ ਵੀ ਚੌਥਾ ਸਵਾਲ ਹੈਗਾ ਸਹੀ ਗਲਤ ਚੁਣੋ ਸਹੀ ਹੈ ਗਲਤ ਦੱਸਣਾ ਸਭ ਤੋਂ ਪਹਿਲਾਂ ਸ਼ਾਮ ਵੇਲੇ ਇਲਾਇਚੀ ਨੂੰ ਬੜੀ ਗਰਮੀ ਲੱਗੀ ਗਲਤ ਦੂਜਾ ਪੁਦੀਨੇ ਨੂੰ ਟੱਕਨ ਬੜਾ ਠੰਡਾ ਲੱਗਾ ਇਹ ਵੀ ਗਲਤ ਤੀਜਾ ਸੌਫ ਤੇ ਜਵੈਨ ਇਕੱਠੀਆਂ ਬੈਠੀਆਂ ਸਨ ਆ ਵੀ ਗਲਤ ਹੈ ਹੁਣ ਆਪਾਂ ਅੱਗੇ ਚੱਲਦੇ ਆਂ ਇੱਥੇ ਵਿਆਕਰਣ ਦਿੱਤੀ ਗਈ ਹੈ ਰਸੋਈ ਦੀ ਅਲਮਾਰੀ ਵਿੱਚ ਇਲਾਇਚੀ, ਸੌਫ, ਜਵੈਨ, ਅਮचूर ਅਤੇ ਅਨਾਰ ਦਾਣਾ ਵੱਖ-ਵੱਖ ਲਿਫਾਫਿਆਂ ਅੰਦਰ ਬੈਠੇ ਰਹਿੰਦੇ ਸਨ ਹੁਣ ਇੱਥੇ ਆਪਾਂ ਪੜਾਂਗੇ ਨਾਮ ਕੀ ਹੁੰਦਾ ਹੈ ਇਸ ਵਾਕ ਵਿੱਚ ਰੰਗੀਨ ਸ਼ਬਦ ਕੁਝ ਵਸਤਾਂ ਅਤੇ ਥਾਵਾਂ ਦੇ ਨਾਂ ਹਨ ਆ ਦੇਖੋ ਰਸੋਈ ਹੋ ਗਿਆ ਅਲਮਾਰੀ ਇਲਾਇਚੀ ਸੌਫ ਜਵੈਨ ਕਿਸੇ ਚੀਜ਼ ਦੇ ਨਾਂ ਹੈਗੇ ਨੇ ਤੇ ਆਪਾਂ ਕਹਿ ਸਕਦੇ ਆ ਕਿਸੇ ਵਿਅਕਤੀ ਜੀਵ ਥਾ ਵਸਤੂ ਹਾਲਤ ਗੁਣ ਪਾਪ ਆਦਿ ਦੇ ਨਾਮ ਨੂੰ ਨਾਮ ਕਿਹਾ ਜਾਂਦਾ ਹੈ ਨਾਮ ਪੰਜ ਪ੍ਰਕਾਰ ਦੇ ਹੁੰਦੇ ਹਨ ਆਮ ਨਾਮ ਜਾਂ ਜਾਤੀਵਾਚਕ ਨਾਮ ਦੂਜਾ ਖਾਸ ਨਾਮ ਤੀਜਾ ਪਦਾਰਤਵਾਚਕ ਨਾਮ ਚਾਰ ਇਕਾਠਵਾਚਕ ਨਾਮ ਪੰਜ ਭਾਵਵਾਚਕ ਨਾਮ ਇਸ ਪਾਠ ਵਿੱਚ ਹੋਰ ਨਾਮ ਚੁਣੋ ਤੁਸੀਂ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਹੋਰ ਨਾਮ ਜਿਹੜੇ ਹੈਗੇ ਨੇ ਇਸ ਚੈਪਟਰ ਦੇ ਵਿੱਚ ਉਹ ਕਮੈਂਟ ਕਰਨੇ ਨੇ ਅੱਗੇ ਅਧਿਆਪਕ ਲਈ ਹੈਗੇ ਪਾਠ ਪੜਾਉਣ ਸਮੇਂ ਸੌਫ ਜਵੈਨ ਪੁਦੀਨਾ ਇਲਾਇਚੀ ਆਦਿ ਵਿਖਾ ਕੇ ਵਿਦਿਆਰਥੀਆਂ ਦੇ ਸੰਕਲਪ ਨੂੰ ਤੇ ਵਿਦਿਆਰਥੀਆਂ ਦੇ ਸੰਕਲਪ ਨੂੰ ਆਪਾਂ ਨਿਰਧਾਰਿਤ ਕਰਾਂਗੇ ਤੇ ਸੀਗੀ ਅੱਜ ਦੀ ਕਲਾਸ ਮੈਂ ਉਮੀਦ ਕਰਦੀ ਆ ਤੁਹਾਨੂੰ ਇਹ ਕੁਐਸਚਨ ਆਨਸਰ ਸਮਝ ਆ ਗਏ ਹੋਣਗੇ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਆਪਾਂ ਫੇਰ ਮਿਲਾਂਗੇ ਟਿਲ ਦੈਨ ਟੇਕ ਕੇਅਰ ਬਾਏ ਬਾਏ